ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰੋ ਬੇਨਤੀ ਪ੍ਰਵਾਨ ਆਦਵ ਸਾਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਮਾਗਮ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਸਤਿਕਾਰਤਾ ਯੋਗ ਸ਼ਹੀਦ ਭਾਈ ਹਰੀ ਸਿੰਘ ਜੀ ਹੁਣਾਂ ਨੂੰ ਸਮਰਪਿਤ ਹੈ। ਆਓ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਭਾਈ ਹਰੀ ਸਿੰਘ ਜੀ ਦੀ ਕਮਾਈ ਦਾ ਧਿਆਨ ਧਰ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ। ਕੱਲ ਰੋਜ਼ ਬੇਨਤੀ ਕਰ ਰਹੇ ਸਾਂ ਕਿ ਗੁਰੂ ਕੇ ਸਿੱਖ ਜਿਹੜੇ ਆ ਜਿਸ ਪਾਸੇ ਇਹਨਾਂ ਨੇ ਮੋਰਚੇ ਬਣਾਏ ਹੋਏ ਸਨ ਉਸ ਤੋਂ ਉਲਟ ਦਿਸ਼ਾ ਵਾਲੇ ਪਾਸੇ ਦੁਸ਼ਮਣ ਦਲ ਨੂੰ ਭੁਲੇਖਾ ਪਾਉਣ ਵਾਸਤੇ ਆਪਣੀ ਛਾਉਣੀ ਦਾ ਇੱਕ ਨਕਸ਼ਾ ਬਣਾਇਆ ਹੋਇਆ। ਦੁਸ਼ਮਣ ਦਲ ਜਿਹੜਾ ਹੈ ਇਹ ਭੁਲੇਖੇ ਦੇ ਨਾਲ ਉਸ ਪਾਸੇ ਜਾ ਕੇ ਉਸ ਛਾਉਣੀ ਨੂੰ ਘੇਰਾ ਪਾ ਲੈਂਦਾ ਜਿਸ ਜਗ੍ਹਾ ਦੇ ਉੱਪਰ ਸਿੱਖਾਂ ਨੇ ਆਪਣੇ ਵਸਤਰ ਉਤਾਰ ਕੇ ਝਾੜੀਆਂ ਦੇ ਉੱਪਰ ਪਾਏ ਸਨ। ਉਹ ਵਸਤਰ ਸਨ ਜਿਹੜੇ ਮਸਤਾਨੇ ਹੋ ਚੁੱਕੇ ਸਨ। ਦੇਖਣ ਤੋਂ ਪ੍ਰਤੀਤ ਹੁੰਦਾ ਸੀ ਕਿ ਸਿੱਖਾਂ ਨੇ ਉਤਾਰਾ ਇਸ ਪਾਸੇ ਕੀਤਾ, ਪਰ ਇਹ ਯੁੱਧ ਦੀ ਰਣਨੀਤੀ ਸੀ, ਸਿੱਖਾਂ ਨੇ ਉਸ ਪਾਸੇ ਉਤਾਰਾ ਨਹੀਂ ਕੀਤਾ ਸੀ। ਦੁਸ਼ਮਣ ਦਲ ਘੇਰਾ ਪਾਉਂਦਾ ਹੈ, ਸਿੱਖਾਂ ਦੀ ਮਾਰ ਥੱਲੇ ਜਦੋਂ ਇਹ ਸਾਰੀ ਤੁਰਕ ਫੌਜ ਆਉਂਦੀ ਹੈ, ਜਥੇਦਾਰ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ, ਮਾਤਾ ਪਾਹ ਕੌਰ ਜੀ, ਇਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਰ ਕੇ ਧਿਆਨ ਇੱਕਦਮ ਇਸ ਤੁਰਕ ਫੌਜ ਦੇ ਉੱਪਰ ਹੱਲਾ ਬੋਲ ਦਿੱਤਾ ਔਰ ਫੌਜ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ, ਸੂਬੇਦਾਰ ਵਜ਼ੀਰ ਖਾਨ ਨੂੰ ਮਜਬੂਰਨ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣਾ ਪਿਆ। ਜਦੋਂ ਫਿਰ ਇਹਨਾਂ ਨੇ ਯੁੱਧ ਦੀ ਰਣਨੀਤੀ ਨੂੰ ਵਾਚਿਆ ਏ ਕਿ ਸਿੱਖਾਂ ਨੇ ਸਾਡੇ ਨਾਲ ਰਾਜਨੀਤਿਕ ਚਾਲ ਚੱਲ ਕੇ ਸਾਡੀ ਫੌਜ ਦਾ ਨੁਕਸਾਨ ਕੀਤਾ, ਸੂਬੇਦਾਰ ਵਜ਼ੀਰ ਖਾਨ ਸੋਚਣ ਵਾਸਤੇ ਮਜਬੂਰ ਹੋ ਗਿਆ ਵੀ ਸਿੱਖਾਂ ਨੂੰ ਜਿੱਤਣਾ ਕਿਵੇਂ ਹੈ। ਇਹਨੇ ਆਪਣੇ ਚੋਣਵੇਂ ਜਰਨੈਲ ਕੋਲ ਸੱਦ ਕੇ ਨਾ ਉਹਨਾਂ ਨੂੰ ਜੰਗ ਦੀ ਯੁੱਧ ਨੀਤੀ ਸਮਝਾਈ ਆ ਕਿ ਸਿੱਖ ਸਾਡੇ ਨਾਲ ਰਾਜਨੀਤੀ ਖੇਲਦੇ ਨੇ, ਯੁੱਧ ਦੀ ਰਣਨੀਤੀ ਵਰਤ ਕੇ ਸਾਡੀਆਂ ਫੌਜਾਂ ਦਾ ਨੁਕਸਾਨ ਕਰ ਗਏ ਨੇ। ਜਦੋਂ ਜਰਨੈਲ ਇਹਨਾਂ ਦੇ ਕੋਲ ਇਹਦੇ ਕੋਲ ਆਏ ਆ, ਫਿਰ ਇਹਨਾਂ ਨੇ ਸੋਚਿਆ ਕਿ ਸਿੱਖਾਂ ਦੇ ਪਤਾ ਕਰੋ ਕਿਸ ਕਿਸ ਪਾਸੇ ਟਿਕਾਣੇ ਨੇ, ਕਿਸ ਕਿਸ ਪਾਸੇ ਮੋਰਚੇ ਨੇ। ਜਦੋਂ CID ਲਈ ਗਈ ਕਿ ਸਿੱਖ ਉਸ ਛਾਉਣੀ ਵਿੱਚ ਨਹੀਂ, ਇਹ ਜਿਹੜਾ ਢਾਬ ਦਾ ਕਿਨਾਰਾ ਹੈ ਸਿੱਖਾਂ ਵਾਸਤੇ ਇੱਕ ਮੋਰਚੇ ਦਾ ਕੰਮ ਕਰਦਾ, ਇਹ ਢਾਬ ਦੇ ਕਿਨਾਰੇ ਕਿਨਾਰੇ ਤੇ ਬੈਠੇ ਹੋਏ ਆ, ਜਿਸ ਪਾਸੇ ਝਾੜੀਆਂ ਉਸ ਪਾਸੇ ਨਹੀਂ ਬੈਠੇ ਹੋਏ। ਇਹਨਾਂ ਨੇ ਵਿਚਾਰ ਕਰਨ ਤੋਂ ਉਪਰੰਤ ਫਿਰ ਜਿਸ ਪਾਸਿਓਂ ਤੀਰ ਆ ਰਹੇ ਸਨ, ਗੋਲੀਆਂ ਆ ਰਹੀਆਂ ਸਨ, ਉਸ ਪਾਸੇ ਵੱਲ ਨੂੰ ਨਿਸ਼ਾਨਾ ਬਣ ਕੇ ਉਹਨੂੰ ਟਰੱਕ ਕੇ ਨਾ ਸੂਬੇਦਾਰ ਵਜ਼ੀਰ ਖਾਨ ਨੇ ਫੌਜ ਦੀ ਚੜ੍ਹਾਈ ਕਰਾਈ। ਫਿਰ ਦੁਆਰਾ ਅੱਗੇ ਸਿੱਖ ਵੀ ਕਿਹੜੇ ਘੱਟ ਸਨ, ਇਹਨਾਂ ਨੇ ਜਦੋਂ ਦੂਸਰੀ ਵਾਰੀ ਫਿਰ ਚੜ੍ਹਾਈ ਕੀਤੀ ਸਿੱਖਾਂ ਦੇ ਉੱਪਰ ਤਾਂ ਜਥੇਦਾਰ ਮਹਾਂ ਸਿੰਘ ਕਹਿਣ ਲੱਗਾ ਕਿ ਸਿੱਖੋ ਬਸ ਕੁਝ ਹੀ ਸਮਾਂ ਹੈ, ਜਿੱਤ ਹੋਰ ਹਾਰ ਦਾ ਫੈਸਲਾ ਹੋ ਜਾਵੇਗਾ,
ਬਾਜਾਂ ਵਾਲੇ ਦਾ ਸਾਡੇ ਸਿਰ ਤੇ ਹੱਥ ਹੈ। ਫਿਰ ਹੱਲਾ ਕਰਵਾਇਆ, ਮੂੰਹ ਤੋੜ ਮੈਂ ਜਵਾਬ ਦਿੱਤਾ ਗਿਆ। ਮਜਬੂਰਨ ਸੂਬੇਦਾਰ ਵਜ਼ੀਰ ਖਾਂ ਦੀ ਫੌਜ ਨੂੰ ਆਪਣੇ ਸਿਪਾਹੀਆਂ ਨੂੰ ਪਿੱਛਾ ਮੋੜਨਾ ਪਿਆ। ਸਿਪਾਹੀ ਪਿੱਛੇ ਮੁੜੇ ਤੇ ਸੂਬੇਦਾਰ ਵਜ਼ੀਰ ਖਾਂ ਜਿਹੜਾ ਏ ਇੱਕ ਪੂਰੇ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਵੱਲ ਨੂੰ ਅੱਗੇ ਨੂੰ ਵਧਿਆ ਤੇ ਇੱਕ ਇਹ ਜਿਹੜੀ ਜੰਗ ਹੋਈ ਆ ਨਾ, ਇੱਥੇ ਪਾਣੀ ਦੀ ਬੜੀ ਕਿੱਲਤ ਸੀ, ਪਾਣੀ ਦੀ ਬੜੀ ਕਮੀ ਸੀ। ਕਪੂਰੇ ਨੂੰ ਪੁੱਛਣ ਲੱਗਾ ਕਿ ਕਪੂਰਿਆ, ਫੌਜ ਜਿਹੜੀ ਹੈ ਇੱਕ ਤਾਂ ਦੁਸ਼ਮਣ ਦੇ ਕੋਲੋਂ ਮਾਰੀ ਗਈ ਹੈ, ਦੂਜੀ ਹੁਣ ਇਹ ਪਿਆਸ ਦੀ ਮਾਰੀ ਜਾ ਰਹੀ ਹੈ, ਪਾਣੀ ਕਿੱਥੇ ਮਿਲੇਗਾ। ਤੇ ਕਪੂਰੇ ਨੇ ਰਣਨੀਤੀ ਤੋਂ ਕੰਮ ਲਿਆ, ਕਹਿਣ ਲੱਗਾ ਕਿ ਸੂਬੇਦਾਰ ਸਾਹਿਬ ਅੱਗੇ ਨੂੰ ਜਾਓ ਤੇ 20 ਕੋਤੇ ਮਿਲੇਗਾ, ਜੇ ਪਿਛਾ ਨੂੰ ਮੁੜ ਜਾਓ ਤੇ 10 ਕੋਤੇ ਪਾਣੀ ਮਿਲ ਜਾਵੇਗਾ। ਹੁਣ ਵਜ਼ੀਰ ਖਾਂ ਜਿਹਦੇ ਪੈਰ ਉਖੜ ਚੁੱਕੇ ਸਨ ਜੰਗ ਦੇ ਮੈਦਾਨ ਦੇ ਵਿੱਚੋਂ, ਇਹਨੇ ਸੋਚਿਆ ਕਿ 20 ਕੋ ਅੱਗੇ ਕੀ ਵਧਣਾ ਹੈ, ਪਿਛਾ ਨੂੰ ਫੌਜ ਨੂੰ ਮੋੜਦੇ ਆ, 10 ਕੋ ਤੇ ਪਾਣੀ ਮਿਲ ਜਾਵੇਗਾ, ਪੀ ਕੇ ਆਪਣੀ ਪਿਆਸ ਬੁਝਾਵਾਂਗੇ, ਜਿਹੜੀ ਜਾਨ ਲਵਾ ਤੇ ਆਈ ਪਈ ਹੈ ਇਹ ਦੂਰ ਹੋ ਜਾਵੇਗੀ। ਸੂਬੇਦਾਰ ਨੇ ਹੁਕਮ ਦੇ ਦਿੱਤਾ, ਫੌਜਾਂ ਨੇ ਮਹਾਰਾਂ ਪਿੱਛੇ ਨੂੰ ਮੋੜ ਲਈਆਂ, ਕਿਉਂਕਿ ਕਪੂਰਾ ਨਹੀਂ ਚਾਹੁੰਦਾ ਸੀ ਕਿ ਸੂਬੇਦਾਰ ਵਜ਼ੀਰ ਖਾਂ ਅਗਲੇ ਪਾਸੇ ਨੂੰ ਵਧੇ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਹੈ ਨਾ, ਇਸ ਅਸਥਾਨ ਦੇ ਉੱਪਰ ਵਿਰਾਜਮਾਨ ਸਨ। ਹੁਣ ਇੱਧਰ ਜਿਹੜੇ ਸਿੱਖ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਉੱਪਰੋਂ ਪ੍ਰਾਣ ਨਿਸ਼ਾਵਰ ਕਰਨ ਵਾਸਤੇ, ਸਤਿਗੁਰੂ ਪਾਤਸ਼ਾਹ ਮਹਾਰਾਜ ਵਾਸਤੇ ਢਾਲ ਬਣੇ ਹੋਏ ਸਨ, ਇਹ ਬਹੁਤਾਤ ਗਿਣਤੀ ਦੇ ਵਿੱਚ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਤੇ ਕੁਝ ਜ਼ਖਮੀ ਹੋਏ ਧਰਤੀ ਦੇ ਉੱਪਰ ਲੇਟੇ ਪਏ ਹੋਏ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਆਪਣੇ ਅੱਖੀ ਸਾਰਾ ਜੰਗ ਦਾ ਹਾਲ ਵੇਖਿਆ, ਬੇ ਸਿੱਖ ਕਿਵੇਂ ਜਾਨਾ ਹੂਲ ਕੇ ਲੜੇ ਹੈ, ਦੁਸ਼ਮਣ ਨੂੰ ਕਿਵੇਂ ਡੱਕਾ ਲਾ ਕੇ ਰੱਖਿਆ। ਭਾਈ ਮਹਾਂ ਸਿੰਘ ਜਿਹੜਾ ਸਤਿਗੁਰਾਂ ਤੇ ਨਿਸ਼ਚਾ ਰੱਖ ਕੇ ਆਇਆ ਸੀ ਨਾ ਕਿ ਪਾਤਸ਼ਾਹ ਕਿਰਪਾ ਕਰਿਓ, ਜਿਹੜਾ ਅਣਜਾਣੇ ਵਿੱਚ ਗਲਤਾ ਕਰਿਆ ਆ, ਗਲਤੀ ਕਰਿਆ ਆ, ਕਿਰਪਾ ਕਰਕੇ ਉਹ ਬਖਸ਼ ਲਿਓ, ਮਾਫੀ ਦੇ ਦਿਓ। ਹੁਣ ਜ਼ਖਮੀ ਹੋਇਆ ਪਿਆ ਮਹਾਂ ਸਿੰਘ ਜੰਗ ਦੇ ਮੈਦਾਨ ਦੇ ਵਿੱਚ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਹ ਉੱਚੀ ਠੇਰੀ ਦੇ ਉੱਪਰ ਬੈਠੇ ਹੋਏ ਆ, ਮਹਾਂ ਸਿੰਘ ਦਾ ਚਿੱਤ ਚਰਨਾਂ ਦੇ ਨਾਲ ਜੁੜਿਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜਦੋਂ ਮੈਂ ਇਤਿਹਾਸ ਇੱਥੇ ਆਣ ਕੇ ਪੜ੍ਹਦਾ ਨਾ, ਬੜਾ ਵਿਰਾਗ ਵਿੱਚ ਆ ਜਾਂਦਾ, ਹੈਰਾਨ ਹੁੰਦਾ ਕਿ ਪਾਤਸ਼ਾਹ ਅਨੰਦਪੁਰ ਤੋਂ ਲੈ ਕੇ ਇਹ ਮੁਕਤਸਰ ਦੀ ਧਰਤੀ ਤੱਕ ਤੁਸੀਂ ਪਹੁੰਚੇ ਹੋ, ਬੜੇ ਉਤਰਾਅ ਚੜ੍ਹਾਏ, ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਅੱਖਾਂ ਦੇ ਵਿੱਚੋਂ ਇੱਕ ਵੀ ਹੰਝੂ ਨਹੀਂ ਆਇਆ, ਕਿਣਕਾ ਮਾਤਰ ਵੀ ਉਦਾਸ ਨਹੀਂ ਹੋਏ, ਕਿਣਕਾ ਮਾਤਰ ਵੀ ਅਕਾਲ ਪੁਰਖ ਤੇ ਗਿਲਾ ਨਹੀਂ ਕੀਤਾ। ਇਹ ਜਿਹੜੀ ਟਿੱਬੀ ਹੈ, ਉੱਚੀ ਠੇਰੀ ਹੈ, ਇੱਥੇ ਬੈਠ ਕੇ ਕਿਹੜਾ ਭਾਣਾ ਵਾਪਰ ਗਿਆ ਜਿਹੜਾ ਨੈਣਾ ਚੋਂ ਜਲ ਬਣ ਲੱਗ ਪਿਆ। ਭਾਈ ਦਇਆ ਸਿੰਘ ਜੀ ਕੋਲ ਨੇ ਤਵੱਜੋ ਦੇਣਾ, ਜਰਾ ਸੁਰਤ ਕਰਕੇ ਦਰਸ਼ਨ ਕਰਨਾ, ਮੈਂ ਇੱਕੋ ਚੀਜ਼ ਕਹਾਉਣੀ ਆ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਬਹੁਤ ਜ਼ਿਆਦਾ ਆਪਾਂ ਅੱਗੇ ਵੱਲ ਨੂੰ ਵਧੀਏ। ਹੁਣ ਸੁਰਤ ਕਰਕੇ ਤੁਸੀਂ ਚੱਲੋ ਖਿਦਰਾਣੇ ਦੀ ਢਾਬ ਜਿੱਥੇ ਜੰਗ ਹੋ ਕੇ ਹਟੀ ਹੈ। ਭਾਈ ਦਇਆ ਸਿੰਘ ਨੇ ਜਿਹੜੇ ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜਿਆਂ ਦੇ ਕੋਲ ਨੇ, ਪਾਤਸ਼ਾਹ ਮਹਾਰਾਜਿਆਂ ਦੇ ਨੇਤਰ ਬੰਦ ਨੇ ਪਰ ਨੇਤਰਾਂ ਚੋਂ ਜਲ ਵਹਿ ਰਿਹਾ ਹੈ, ਤੇ ਭਾਈ ਦਇਆ ਸਿੰਘ ਜੀ ਬਚਨ ਕਰ ਰਹੇ ਨੇ, ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਨਾਲ ਤੁਰਿਆ ਮੈਂ ਤੁਹਾਡੇ, ਅਨੰਦਪੁਰ ਦਾ ਛੱਡਣਾ ਘਰ ਛੱਡਣਾ ਬੜਾ ਔਖਾ ਹੋਇਆ ਕਰਦਾ ਏ, ਆਪਾਂ ਭਾਵਾਂ ਦੇਸ਼ ਤੋਂ ਛੱਡ ਕੇ ਵਿਦੇਸ਼ ਆ ਗਏ ਇੱਥੇ ਘਰ ਹੈ, ਪਰ ਜਿਹੜੀ ਚੇਤਕ ਤਾਂ ਉਸ ਘਰ ਦੇ ਨਾਲ ਲੱਗੀ ਆ ਨਾ, ਉਹ ਸਦਾ ਵਾਸਤੇ ਜੁੜੀ ਰਹੇਗੀ, ਹਮੇਸ਼ਾ ਉਹਦਾ ਚੇਤਾ ਆਉਂਦਾ ਹੈ। ਅਨੰਦਪੁਰ ਸਾਹਿਬ ਛੱਡਿਆ, ਕਿਣਕਾ ਮੰਤਰ ਦੇ ਬੰਦੇ ਅੰਦਰ ਗਿਲਾ, ਸਰਸਾ ਤੇ ਪਹੁੰਚੇ ਪਰਿਵਾਰ ਖੇਰੂ ਖੇਰੂ ਹੋ ਗਿਆ, ਫਿਰ ਵੀ ਭੋਰਾ ਵਿਰਾਗ ਨਹੀਂ। ਸਾਹਿਬਜ਼ਾਦੇ ਛੋਟੇ ਵਿਛੜ ਗਏ, ਮਾਤਾ ਜੀ ਵਿਛੜ ਗਏ, ਮਹਿਲ ਵਿਛੜ ਗਏ, ਪ੍ਰਾਣਾ ਤੋਂ ਪਿਆਰੇ ਸਿੱਖ ਸ਼ਹੀਦ ਹੋ ਗਏ,
ਫਿਰ ਵੀ ਕਿਣਕਾ ਮਾਤਰ ਵੀ ਰੰਜ ਨਹੀਂ ਕੀਤਾ ਆਪ ਨੇ। ਚਮਕੌਰ ਦੀ ਕੱਚੀ ਗੜੀ ਦੇ ਅੰਦਰ ਦਾਸ ਆਪ ਜੀਆਂ ਦੇ ਨਾਲ ਸੀ। ਦੋਨੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਤੁਸਾਂ ਨੇ ਸਤ ਸ੍ਰੀ ਅਕਾਲ ਦਾ ਜਕਾਰਾ ਛੱਡਿਆ, ਫਿਰ ਵੀ ਵਿਰਾਗ ਵਿਚ ਨਹੀਂ ਆਏ, ਨੈਣਾ ਚੋ ਇਕ ਵੀ ਹੰਝੂ ਨਹੀਂ ਵਗਾਇਆ। ਅੱਜ ਕੀ ਗੱਲ ਹੋ ਗਈ ਆ? ਇਹ ਮੁਕਤਸਰ ਖਦਰਾਣੀ ਦੀ ਢਾਬ ਤੇ ਜੰਗ ਹੋਈ, ਨੈਣਾ ਦੇ ਵਿਚੋਂ ਜਲ ਵਹਿਣ ਲੱਗ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਦਇਆ ਸਿਆ, ਜੰਗ ਦੇ ਮੈਦਾਨ ਦੇ ਵਿਚ ਪ੍ਰੇਮੀ ਸਿੱਖ ਯਾਦ ਕਰ ਰਿਹਾ ਹੈ, ਪ੍ਰੇਮੀ ਸਿੱਖ ਯਾਦ ਕਰ ਰਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਬਚਨ ਕੀਤਾ, ਭਾਈ ਦਇਆ ਸਿੰਘ ਜੀ ਹੈਰਾਨ ਹੋਏ ਕਿ ਪਾਤਸ਼ਾਹ ਉੱਥੇ ਤਾਂ ਜਾਨ ਦੀ ਬਣੀ ਆ, ਜਿਹੜਾ ਕੋਈ ਬਿਰਲਾ ਬਿਰਲਾ ਸਵਾਸ ਲੈਂਦਾ ਹੋਵੇਗਾ ਉਹ ਤਾਂ ਇਹ ਕਹਿੰਦਾ ਹੋਵੇਗਾ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਦਗੀ ਬਚ ਜਾਵੇ, ਪਰ ਤੈਨੂੰ ਯਾਦ ਕਰਕੇ ਕੀ ਮੰਗਦਾ ਹੋਵੇਗਾ, ਆਪਣੀ ਜ਼ਿੰਦਗੀ ਮੰਗਦਾ ਹੋਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਦਇਆ ਸਿਆ, ਕੋਈ ਸਿੱਖ ਯਾਦ ਦਰਸ਼ਨਾਂ ਵਾਸਤੇ ਕਰ ਰਿਹਾ, ਕੋਈ ਸਾਡੇ ਨਾਲ ਬਚਨ ਕਰਕੇ ਗਿਆ ਸੀ, ਉਹ ਬਚਨ ਨੂੰ ਯਾਦ ਕਰਕੇ ਆਪਣੇ ਕੀਤੇ ਤੇ ਪਛਤਾਵਾ ਕਰ ਰਿਹਾ ਏ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਬਚਨ ਕੀਤੇ, ਦਇਆ ਸਿੰਘ ਜੀ ਰਮਜ ਨਹੀਂ ਸਮਝ ਸਕੇ। ਹੁਣ ਚੱਕ ਲੋ ਉਸ ਪਾਸੇ ਜਿੱਥੇ ਭਾਈ ਮਹਾ ਸਿੰਘ ਪਿਆ, ਤਵੱਜੋ ਦੇਣਾ ਜਾ। ਇਤਿਹਾਸ ਇਸ ਗੱਲ ਦੀ ਅਗਵਾਈ ਭਰਦਾ ਕਿ ਮਹਾ ਸਿੰਘ ਦੇ ਸਰੀਰ ਦੇ ਉੱਪਰ ਅਣਗਿਣਤਾਂ ਫੱਟ ਲੱਗੇ ਆ, ਤੀਰਾਂ ਦੇ ਫੱਟ ਹੈ, ਤਲਵਾਰਾਂ ਦੇ ਫੱਟ ਹੈ, ਬਰਸ਼ੀਆਂ ਦੇ ਫੱਟ ਹੈ, ਥਾਂ ਥਾਂ ਤੋਂ ਖੂਨ ਵਗ ਰਿਹਾ, ਜ਼ਖਮੀ ਹੋਇਆ ਜਦੋਂ ਜੰਗ ਦੇ ਮੈਦਾਨ ਵਿੱਚ ਡਿੱਗਿਆ। ਦੁਸ਼ਮਣ ਦਲ ਦੇ ਘੋੜਿਆਂ ਦੇ ਪੌੜਾਂ ਨੇ ਵੀ ਸਰੀਰ ਲੁਤਾੜਿਆ ਹੋਇਆ, ਨੇਤਰ ਬੰਦ ਹੈ, ਬੋਲ ਨਹੀਂ ਸਕਦਾ, ਪਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਨਾਲ ਚਿੱਤ ਜੁੜ ਕੇ ਕੁਝ ਅਰਦਾਸਾਂ ਕੁਝ ਬੇਨਤੀਆਂ ਕਰ ਰਿਹਾ। ਬਾਜਾਂ ਵਾਲਾ ਪ੍ਰੀਤਮ ਪਾਤਸ਼ਾਹ ਮਹਾਰਾਜ ਉਹ ਉੱਚੀ ਠੇਰੀ ਦੇ ਉੱਪਰੋਂ ਕਿਵੇਂ ਮਹਾ ਸਿੰਘ ਦੀ ਅਰਦਾਸ ਪ੍ਰਵਾਨ ਕਰਕੇ ਕਿਵੇਂ ਕੌਤਕ ਵਰਤਾਉਂਦੇ ਨੇ, ਆਪ ਵਿਦਵਾਨ ਸ਼ਹਿਰ ਦਾ ਕਥਨ ਆਪ ਜੀਆਂ ਦੇ ਸਨਮੁਖ ਢਾਡੀ ਜਥਾ ਬੇਨਤੀ। ਨੀਲਾ ਘੋੜਾ ਮੈਂ ਆਸਾ ਰੱਖੀ ਚਿੱਤ ਮੈਂ ਤੂੰ ਕਿਹੜਾ ਪਾਗਾ ਮੋੜਾ, ਅੱਜ ਆ ਜਾ ਕਲਗੀ ਵਾਲਿਆ।
जो छेती दे नाल आन के मैनू गुनाही जान के ना चरनी पाओ जोड़ा मैं आसा रखी चित में तू केरा पाजा बोड़ा आज आजा कलगी वाले आ पिताजी क्यों तू लाइया देरिया पिताजी क्यों तू लाइया देरिया सादा आखरी एहो सवाल है ए होया मंडड़ा हाल है क्यों दिन दे पिता विछोड़ा मैं आसा रखी चित में तू केरा पाजा बोड़ा आज आजा कलगी वाले खुशकबत्ती जरा दिल तक दे खुशकबत्ती जरा तक दे तू केरा देदार जी तेरे दुखियां दी सार जी तेरे तरफ हाजर होड़ा मैं आसा रखी चित में तू केरा पाजा मोड़ा आज आजा कलगी वाले Thank you.
ਦਰਸ਼ਨ ਹੋਣ ਸਰਕਾਰ ਦੇ ਬਣ ਕੇ ਪ੍ਰਿਕ ਆਵਣਾ ਬਸ ਸਮਾਂ ਰਹਿ ਗਿਆ ਥੋੜਾ ਮੈਂ ਆਸਾ ਰੱਖੀ ਚਿੱਤ ਮੈਂ ਤੂੰ ਕਿਹੜਾ ਪਾਜਾ ਮੋੜਾ ਅੱਜ ਆ ਜਾ ਕਲਜੀ ਵਾਲਿਆ ਭਾਈ ਮਹਾਂ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ